ਮੈਂ ਤੈਨੂੰ ਮੈਂ ਆਪਣੇ ਬੱਚਿਆਂ ਦੀ ਸੌਂਹ ਖਾਂਦਾ, ਮੈਂ ਤਾਂ ਗੱਡੀ 'ਚ ਬੈਠਿਆ ਮੈਡਮ, ਮੁੰਡਾ ਦੂਜਾ ਗੱਡੀ ਚਲਾ ਦੇ ਕਹਿੰਦੇ ਮੈਂ ਦੱਸੋ ਸੀ ਨਾ ਬਾਲੀ ਮੇਰੀ ਗੱਡੀ 'ਚ ਕੀ ਰੱਖਿਆ ਗਿਆ ਬਾਈ? ਮੈਂ ਤੁਹਾਡੀ ਜਾਣਕਾਰੀ ਚ ਦੱਸ ਦਵਾਂ ਕਿ ਮੈਂ ਇਸ ਟਾਈਮ ਲਾਈਵ ਵੀ ਹੈਗੀ ਆ ਤੇ ਮੇਰੇ ਕੋਲ ਮੀਡੀਆ ਵੀ ਹੈਗਾ ਜੀ। ਮੈਨੂੰ ਕੰਪਲੇਂਟ ਮਿਲੀ ਹੈ BDPO ਭਾਨੀਗੜ ਦੇ ਰਿਗਾਰਡਿੰਗ, ਹੈ ਨਾ। ਕਾਈਂਡਲੀ ਕੋਈ ਵੀ ਤੁਹਾਡਾ ਮੁਲਾਜ਼ਮ ਆ ਕੇ ਉਹਦੀ ਤਸਦੀਕ ਕਰ ਲਵੇ ਤੇ ਅਸੀਂ ਉਰੀ ਖੜੇ ਹਾਂ। ਹਾਂਜੀ, SDM ਆਫਿਸ ਭਾਨੀਗੜ ਸਰ ਤੁਸੀਂ ਕਰ ਰਹੇ ਹੋ ਪਲੀਜ਼ ਚੈੱਕ? ਮੈਂ ਸ਼ੂਟ ਕਰ ਰਿਹਾ ਮੈਮ, ਪਲੀਜ਼ ਸਰ ਕਰੋ, ਅਸੀਂ ਵੀ ਆਪਣੀ ਡਿਊਟੀ ਕਰ ਰਹੇ ਹਾਂ ਪਲੀਜ਼, ਹੈ ਨਾ। ਕ੍ਰਿਸ਼ਨ ਵੀਰੇ, ਕ੍ਰਿਸ਼ਨ ਭਾਅ ਜੀ ਮਦਦ ਕਰੇ, ਚਲੋ ਇੱਕ ਵਾਰੀ ਚੈੱਕ ਕਰ ਲਓ ਸਾਰਾ, ਕਿਉਂਕਿ ਜਿਹੜੀ ਕੋਈ ਬਦਨਾਮੀ ਆ ਕੋਈ ਸਰਕਾਰ ਦੀ, ਕੋਈ MLA ਦੀ ਜਾਂ ਕੋਈ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ, ਉਹ ਨਾ ਹੋ, ਠੀਕ ਹੈ। ਸੋ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈਗੀ, ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀਂ ਚੁਣ ਕੇ ਆਏ ਹਾਂ। ਸੋ ਇਲੈਕਸ਼ਨ ਆ ਪੰਚਾਇਤ ਦੀ, ਸਾਰੀ ਇਲੈਕਸ਼ਨ ਫੇਅਰ ਹੋਵੇ ਅਤੇ ਇਹਨਾਂ ਦੀ ਕੰਪਲੇਂਟ ਹੈਗੀ ਹੈ ਉਹਨੂੰ ਤੁਸੀਂ ਕਰਕੇ ਜਿਹੜਾ ਇਹਨੂੰ ਤਫਤੀਸ਼ ਕਰ ਲਓ ਅਤੇ ਹਜੇ ਵੀ ਕੁਛ ਨਹੀਂ ਹੈਗਾ, ਸਾਰਾ ਕੁਛ ਇੱਥੇ ਹੈ, ਇਹਨੂੰ ਕਰ ਲਓ। ਅਸੀਂ ਸਰਕਾਰ ਮੈਨੂੰ ਥੋੜਾ ਟਾਈਮ ਪਹਿਲਾਂ
ਅੜਬਣ ਹੋ ਰਹੀ ਹੈ, ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੋਊਗਾ ਜਿਹਦਾ ਸਾਨੂੰ ਜਿਹੜਾ ਆਇਆ ਸੀਗਾ। ਔਰ ਕਲੀਅਰ ਕੀਤਾ ਗਿਆ ਕਿ ਫੱਗੂਵਾਲ ਪਿੰਡ ਦਾ ਕੋਈ ਗੋਲਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਆ। ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ, ਉਹ BDPO ਸਾਹਿਬ ਉਦੋਂ ਰਾਸ਼ਟਰੀ ਮੇਲਾ ਦਾ ਟੋਲ ਪਲਾਜੇ ਤੱਕ ਜਾ ਕੇ ਉੱਥੇ ਫਿਰ ਵਾਪਸ ਉਹ SDM ਆਫਿਸ ਵੀ ਆਏ ਨੇ। ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਹੈ, ਪੁਲਿਸ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ। ਅਤੇ ਮੇਰਾ ਮੇਨ ਜਿਹੜਾ ਮੋਟਿਵ ਇਹ ਹੈਗਾ ਕਿ ਲੋਕਾਂ ਦੇ ਜਿਹੜੇ ਡੈਮੋਕ੍ਰੇਟਿਕ ਜਿਹੜਾ ਉਹਨਾਂ ਦਾ ਰਾਈਟ ਹੈ, ਲੋਕਤੰਤਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ, ਫੇਅਰ ਅਤੇ ਜਿਹੜੀ ਫੇਅਰ ਤੁਸੀਂ ਜਿਹੜੀ ਇਲੈਕਸ਼ਨ ਲੜੀ ਉਹ ਚੋਣ ਵੀ ਹੋਣੀ ਚਾਹੀਦੀ ਹੈ। ਔਰ ਮੈਂ ਉਹਦਾ ਸਮਰਥਨ ਕਰਦੀ ਹਾਂ। ਔਰ ਇਹਦੇ ਲਈ ਅੱਜ ਦਾ ਜਿਹੜਾ ਇਹ ਘਟਨਾ ਕਰਨ ਦਾ ਉਹ ਕੰਪਲੇਂਟ ਜਿਹੜਾ ਉਹ ਵੀ ਫਿਲਹਾਲ ਹੀ ਕਰੇ। ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫਤੀਸ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜੇ ਇੱਦਾਂ ਦੇ ਜਿਹੜੇ ਸਿਸਟਮ ਜਿਹੜਾ ਚੱਲਦਾ ਗਿਆ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅਕਸ਼ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਬਦਨਾਮੀ ਹੁੰਦੀ ਹੈ। ਸੋ ਮੈਂ ਇਕੱਲਾ ਇਹੀ ਨਹੀਂ, ਅੱਜ ਸਵੇਰ ਦੀ ਮੈਂ ਮਾਣਯੋਗ BDPO ਸਾਹਿਬ ਨੂੰ ਮੈਂ ਫੋਨ 'ਤੇ ਫੋਨ ਮੈਂ ਕਰ ਰਹੀ ਹਾਂ ਕਿਉਂਕਿ ਮੇਰੇ ਕੋਲ ਲੋਕ, ਤੁਸੀਂ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਸ਼ ਸੀ ਲੋਕਾਂ ਨੂੰ, ਜਿਨ੍ਹਾਂ ਨੂੰ ਉੱਥੋਂ ਕੋਈ ਬੰਦਾ ਨਹੀਂ ਮਿਲਦਾ, ਕੋਈ ਪਟਵਾਰੀ ਨਹੀਂ ਮਿਲਦਾ, ਕੋਈ BDPO ਸਾਹਿਬ ਆਪ 3 ਵਜੇ ਦੇ ਲਾਪਤਾ ਨੇ, ਲੋਕ ਘੁੰਮਦੇ ਫਿਰਦੇ ਨੇ, ਬਦਨਾਮੀ ਕਿਹਦੀ ਹੁੰਦੀ ਆ।